एक प्या शेर जिड़ा पुत मैं वो पुत दे सिर ते केहदी परवाह ना करा ना रिश्तेदार दी ना मैं केहदी परवाह मैं संगत च भजी जाना मैं गुत बारे भजी जाना। तरनतारन दे पिंड पंडोरी रमाना दे 20 साल दे पंजाबी नौजवान प्रभनूर सिंह दी इंग्लैंड विच मौत हुई है। मृतक चार भैणां दा इकलौता भरा सी। तां दस दिए कि इंग्लैंड गए नूं अजे उसनूं 25 दिन ही होए सन कि हुण दुखदाई खबर सामने आ गई है। मृतक दे पिता अजीत सिंह ते माता परमजीत कौर ने दस्या है कि उन्हां दा होना लड़का पढ़ाई करन तों बाद विदेश जाण दी जिद करन लगा, जिसते उन्होंने अपनी 1.5 एकड़ जमीन वेच के उसनूं करीब 25 दिन पहलां ही इंग्लैंड भेजिया सी, जिथे उसकी भेत भरे हालातों में मौत हुई है। इस मौके मृतक की भैन ने दोष लाया है कि वह चार भैनों का इकलौता भरा सी, पर उन्होंने शक है कि उसका किसी ने कतल किया है। परिवारक मैंबर ने उसकी लाश को वापस मंगाने की गुहार लगाई है। रामनूर मैं पिंड खा लू तोड़ तोड़ के वे आ जा रामनूर आ जा प्रभ नूर आ जा वे मामा दे पुत सुते नहीं चल दिया वे मैं किन्नी बारी वेखन जानी हाँ तेनु अंदर ततिया ठंडिया चावा देवा तेन प्रभ नूर मैं ततिया ठंडिया चावा देवा वे तेरिया आईनिया पढ़ाइया तू आ जा मैं केड़ी केड़ी सिवत करा ओ पुत दी ਕੀ ਸਿਫਤਾਂ ਕਰਾਂ ਮੈਂ ਉਹਦੀਆਂ। ਜੀਤ ਸਿੰਘ ਜੀ। ਹਾਂਜੀ ਜੀਤ ਸਿੰਘ। ਕਿਹੜਾ ਪਿੰਡ ਹੈ? ਪਨੋਰੀ ਰਮਾਣਾ। ਕੀ ਗੱਲ ਹੋਈ ਬੇਟੇ ਨਾਲ? ਬੇਟੇ ਨਾਲ 20 ਤਰੀਕ ਨੂੰ ਗਿਆ ਜੀ ਇੱਥੋਂ ਇੰਗਲੈਂਡ। ਉੱਥੇ ਜਾ ਕੇ ਪਤਾ ਨਹੀਂ ਵੀ ਕੀ ਭਾਣਾ ਵਰਤਿਆ ਕੀ ਨਹੀਂ ਵਰਤਿਆ। ਕਿਹੜੀ 20 ਤਰੀਕ ਨੂੰ ਗਿਆ ਜੀ? 20 ਫਰਵਰੀ ਨੂੰ। ਕਿੰਨੇ ਦਿਨ ਹੋ ਗਏ? 20-25 ਦਿਨ 25 ਦਿਨ ਹੋ ਗਏ। ਤਾਂ ਕੋਈ ਪਤਾ ਲੱਗਾ ਤੁਹਾਨੂੰ ਕਿਵੇਂ ਤਲਾਬ ਮਿਲੀ ਪਈ ਕੋਈ ਘਟਨਾ ਹੋਈ ਉਹਨਾਂ ਨਾਲ? ਸਾਨੂੰ ਪਿੱਛੋਂ ਉੱਥੋਂ ਜਿਹੜੇ ਨਾਲ ਰਹਿੰਦੇ ਸੀ ਸਾਥੀ ਉਹਨਾਂ ਨੇ ਫੋਨ ਕਰਤਾ ਵਾ, ਹੋਰ ਕੋਈ ਸਾਨੂੰ ਸਲਾਹ ਨਹੀਂ ਦਿੱਤੀ ਉਹਨਾਂ, ਕੋਈ ਦੱਸਿਆ ਨਹੀਂ ਤਲਾਕ ਕੀ ਆ ਗੱਲ ਹੋਈ ਆ। ਹੁਣ ਤੁਸੀਂ ਕੀ ਮੰਗ ਕਰਦੇ? ਅਸੀਂ ਤੇ ਉਹ ਆਉਂਦੇ ਹਾਂ ਵੀ ਸਾਡਾ ਬੱਚਾ ਜਿਹੜੀ ਲਾਸ਼ ਸਾਡੀ ਇੱਧਰ ਆ ਜਾਏ, ਸਾਨੂੰ ਇੰਨਾ ਹੀ ਬੜਾ ਵਾ, ਲਾਸ਼ ਸਾਨੂੰ ਮਿਲ ਜੇ ਸਾਡਾ ਇੰਨਾ ਕਿ ਅਸੀਂ ਮੂੰਹ ਹੀ ਵੇਖ ਲਈਏ ਉਹਦਾ, ਹੋਰ ਨਹੀਂ ਕੁਛ। ਅਸੀਂ ਰਿਸ਼ਤੇਦਾਰਾਂ ਨੂੰ ਫੋਨ ਕਰਨ ਡਏ ਆ, ਉਹ ਸਾਨੂੰ ਖਬਰ ਦੇਣ ਡਏ ਆ ਕਿ ਉੱਥੇ ਆਹ ਕੰਮ ਹੋਇਆ ਵਾ, ਉੱਥੇ ਉਹਨਾਂ ਨੇ ਉਹਨੂੰ ਸੈਂਡ ਨਹੀਂ ਕੀਤਾ, ਉਹਨੂੰ ਮਾਰਿਆ ਗਿਆ ਵਾ। ਉਹਨੂੰ ਆਂਦੇ ਸੀ ਤੈਨੂੰ ਨੌਕਰੀ ਮਿਲੀ, ਤੂੰ ਦਿਹਾੜੀ ਤੇ ਜਾ, ਨੌਕਰੀ ਨਾ ਕਰ ਤੂੰ ਦਿਹਾੜੀ ਤੇ, ਤੈਨੂੰ ਉਹਦੇ ਕਿਸ ਤਰ੍ਹਾਂ ਨੌਕਰੀ ਮਿਲ ਗਈ? ਉਹਦੀ ਪੜ੍ਹਾਈ ਬੜੀ ਸੀ, ਉਹਦੇ 9 ਬੈਂਡ ਸੀ, ਉਹਨੂੰ ਖਿੱਚ ਕੇ ਲੈ ਗਈ ਕੰਮ ਤੇ ਉੱਥੇ। ਹੋਰ ਸਾਡੇ ਕੋਲ ਕੁਛ ਨਹੀਂ ਹੈਗਾ, ਸਾਡੇ ਕੁਛ ਨਹੀਂ ਹੱਥ ਆਇਆ। ਸਾਡੇ ਪਿਓ ਦੀ 1.5 ਕਿੱਲਾ ਪੈਲੀ ਜਿਹੜੀ ਉਹਨੇ ਵੇਚ ਕੇ ਆਪਦੇ ਪੁੱਤ, ਸਾਨੂੰ ਉਹਨਾਂ ਮੁੰਡਿਆਂ ਦੇ ਸ਼ੱਕ ਆ, ਉਹਨਾਂ ਤੋਂ ਇਨਕੁਆਇਰੀ ਲਈ ਜਾਵੇ ਕਿ ਸਾਡਾ ਬੱਚਾ ਕਿੱਥੇ ਗਿਆ ਸੀ। ਕਿਹੜੇ ਮੁੰਡੇ? ਉਹਦੇ ਨਾਲ ਜੋ ਵੀ ਸੀ, ਜਿੱਥੋਂ ਜਿੱਥੋਂ ਦੇ ਮਖੂ ਦੇ ਫਿਰੋਜ਼ਪੁਰ ਦੇ ਜਿੱਥੋਂ ਦੇ ਮੁੰਡੇ ਸੀ, ਉਹਨਾਂ ਕੋਲ ਇਨਕੁਆਇਰੀ ਲਈ ਜਾਵੇ। ਉੱਧਰ ਦੀ ਪੁਲਿਸ ਸਾਡੀ ਕੋਈ ਸੁਣਵਾਈ ਨਹੀਂ ਕਰਨ ਦੀ, ਕੋਈ ਨਹੀਂ ਸਾਨੂੰ ਵੇਖ ਕੇ ਉੱਧਰ ਦੱਸਣ ਡਈ ਸਾਡਾ ਬੱਚਾ ਕਿੱਥੇ ਆ। ਸਾਨੂੰ ਕੋਈ ਫੋਟੋ ਨਹੀਂ ਪਾਉਣ ਡਿਆ, ਆਉਂਦੇ ਉੱਥੇ CCTV ਕੈਮਰਿਆਂ 'ਚ ਕੋਈ ਫੋਟੋ ਆਈ ਨਹੀਂ, ਉਹਦੀ ਥੱਲੇ ਉਤਰਦੇ ਦੀ ਆਈ ਆ। ਉਹ ਕੈਮਰੇ ਤੋਂ ਉਹਨਾਂ ਨੇ ਤਰੀਕਾਂ ਕੱਟਤੀਆਂ ਵਾ, ਸਾਨੂੰ ਨਹੀਂ ਇਨਕੁਆਇਰੀ ਕੋਲ। ਤਰਨ ਤਾਰਨ ਤੋਂ ਜਸਬੀਰ ਸਿੰਘ ਲੱਡੂ ਦੀ ਰਿਪੋਰਟ, ਪੰਜਾਬ ਟੂਡੇ।